ਬਸਦੀ ਸਰਦਾਰੀ ਨਾ ਮੈਂ ਮੋਨਾ ਦਿਲ ਨੂੰ ਆਉਂਦੀ ਏ ਇਹ ਦਿਲ ਸੋਨਾ ਕੋਲ ਚਾਂਦੀ ਕੋਲ ਜਵਾਹਰਾਤ ਕੋਲ ਹੀਰੇ ਕੋਲ ਮੁਮਲਿਕਤ ਕੋਲ ਅਤੇ ਕੀ ਗੱਲ ਸਕੂਨ ਕਿਉਂ ਨਹੀਂ ਮਿਲ ਰਿਹਾ ਦਿਲ ਨੇ ਆਖਿਆ ਸਕੂਨ ਚਾਹੀਦਾ ਤੇ ਉਹਦਾ ਉਹ ਟੋਕਰ ਸੱਚਿਆਂ ਕੋਲ ਚਲੀਏ ਸਹਿਨ ਸਹੀ ਛੱਡ ਕੇ ਮੁਹੰਮਦ ਮੁਸਤਫਾ ਦੇ ਜੋੜਿਆ ਸਾਦਰ ਹੋ ਗਏ ਨਬੀ ਕਰੀਮ ਨੇ ਫਰਮਾਇਆ ਕਿ ਮੈਂ ਮੋਨਾ ਭਾਈ ਤੋਂ ਬਾਅਦ ਤੇਰਾ ਨਾਮ ਫਿਜ਼ਾ ਹੈ ਅਤੇ ਤੂੰ ਮੇਰੀ ਬੇਟੀ ਹੈ ਹਾਏ ਹਾਏ ਇਹ ਦਿਲਾਂ 'ਚ ਬਾਲ ਮਦੀਨੇ ਵਾਲੇ ਅਤੇ ਡਿਊਟੀ ਤੇਰੀ ਸਿਰਫ ਇੰਨੀ ਹੈ ਕਿ ਤੂੰ ਮੇਰੀ ਪਾਕ ਬੇਟੀ ਦੀ ਖਿਦਮਤ ਕਰਨੀ ਹੈ ਹਜ਼ਰਤ ਫਿਜ਼ਾ ਨੇ ਸੁਬਾਹ ਉੱਠਣਾ ਅਤੇ ਵਜ਼ੂ ਫਰਮਾ ਕੇ ਸਭ ਤੋਂ ਪਹਿਲੀ ਨਾਰਿਆਂ ਨੇ ਮੁਸਤਫਾ ਨੂੰ ਸਾਫ ਕਰਨਾ ਅਤੇ ਇੱਥੇ ਕਰਕੇ ਨਾ ਸਾਫ ਕਰਨਾ ਇੱਥੇ ਕਰਕੇ ਨਹੀਂ ਇੱਥੇ ਕਰਕੇ ਸਾਫ ਕਰਨਾ ਕਿ ਤਾਂ ਕਿ ਨਬੀ ਪਾਕ ਦੀ ਨਾਰਾਇਣ ਦੀ ਤੋੜ ਮੇਰੇ ਸਿਰ ਦਾ ਤਾਜ ਬਣੇ ਹਾਏ ਹਾਏ ਉਸ ਤੋਂ ਬਾਅਦ ਪਾਕ ਬੀਬੀ ਦੀ ਖਿਦਮਤ ਕਰਕੇ ਇਮਾਮ ਹਸਨੈਨ ਵਾਸਤੇ ਖਾਣੇ ਤਿਆਰ ਕਰਨੇ ਹਜ਼ਰਤ ਫਿਜ਼ਾ ਨੂੰ ਖਤ ਆਇਆ ਮੁਲਕ ਚੋਂ ਕਿ ਮੈਂ ਮੋਨਾ ਤੂੰ ਸਾਡੀ ਸਿਆਨ ਸੇ ਆਓ ਕੇ ਸਾਡੀ ਸਿਆਨ ਸੇ ਛੱਡ ਕੇ ਅਤੇ ਮਦੀਨੇ ਵਾਲਿਆਂ ਸ਼ਹੀਦਾਂ 'ਤੇ ਜਾ ਕੇ ਬਰਤਨ ਧੋਣ ਲੱਗ ਪਈ ਉਦੋਂ ਤੈਨੂੰ ਕੀ ਮਿਲ ਗਿਆ ਅਤੇ ਪਾਕ ਫਿਜ਼ਾ ਦੇ ਨੇ ਆਓ ਦੱਸਾਂ ਕੀਤੀ ਸਾਈਆਂ ਕੀਤੀ ਸਾਈਆਂ ਕਿਤੇ ਸਾਈਆ ਮੈਂ ਦੇਈ ਨਹੀਂ ਚੱਲੀਗਾ ਕਿਤੇ ਸਾਈਆ ਮੈਂ ਦੇਈ ਨਹੀਂ ਚੱਲੀਗਾ ਵੇਖੋ ਮੈਂ ਫਿਦਾ ਬਣ ਗਈ ਵਾਲਾਂ ਨਾਲ ਝਾੜੂ ਦੇਣਾ ਨਬੀ ਪਾਕ ਦੇ ਮੇਲੇ ਵਿੱਚ ਤੇ ਪਾਕ ਬੀਬੀ ਫਰਮਾਨ ਨੇ ਇਹ ਗਰਦ ਰਸੂਲ ਦੇ ਵਿਹੜੇ ਦੀ ਮੇਰੇ ਸਿਰਜਾ ਬਣ ਕੀਤਾ ਦੇ
ਝਾੜੂ ਕਸਤਰ ਫਾਤਿਮਾ ਦੇ ਮੇਰੇ ਲਈ ਮੇਰਾ ਦੇ ਇਸ ਦਰ ਜ਼ਿੰਦਗੀ ਸਾਰੇ ਸਾਰੇ ਜਮਾਨੇ ਕਰ ਚੋਣਾ ਫਕਰ ਹਟਾ ਦੇ ਤੇਰੇ ਹੱਥ